ਫ੍ਰਾਂਸ ਦੇ ਵਿੱਚ ਜਿਹੜੀ ਹਿੰਸਾ ਹੋਈ ਆ ਔਰ ਲਗਾਤਾਰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਆ ਸਰਕਾਰ ਸੋ ਕੁਝ ਅਪਡੇਟਸ ਤੁਹਾਨੂੰ ਦੇਣ ਜਾ ਰਿਹਾ ਆ ਕਨਸਰਟ ਦੇ ਵਿੱਚ ਇੱਕ ਜਿਹੜੇ ਰਾਸ਼ਟਰਪਤੀ ਮੈਕਰੋ ਦਾ ਵੀਡੀਓ ਵਾਇਰਲ ਹੋ ਰਿਹਾ ਆ ਤੇ ਜਿਹਦੇ ਕਰਕੇ ਲੋਕ ਥੋੜਾ ਨਾਰਾਜ਼ ਜਿਹੜੇ ਉਹ ਨਜ਼ਰ ਆ ਰਹੇ ਆ ਪ੍ਰਦਰਸ਼ਨਕਾਰੀਆਂ ਨੇ 2000 ਗੱਡੀਆਂ ਜਿਹੜੀਆਂ ਉਹ ਜਲਾਤੀਆਂ ਆ 1300 ਜਿਨ੍ਹਾਂ ਨੇ ਦੰਗਾ ਕੀਤਾ ਆ ਉਹ ਗ੍ਰਫਤਾਰ ਕੀਤੇ ਗਏ ਆ ਤੇ ਸੜਕਾਂ ਦੇ ਉੱਤੇ ਬਖਤਰਬੰਦ ਗੱਡੀਆਂ ਜਿਹੜੀਆਂ ਉਹ ਤਨਾਤ ਕਰਤੀਆਂ ਗਈਆਂ ਫਰਾਂਸ ਦੇ ਵਿੱਚ 17 ਸਾਲ ਦੇ ਲੜਕੇ ਨਾਹੇਲ ਦੀ ਹਤਿਆ ਤੋਂ ਬਾਅਦ ਚੌਥੇ ਦਿਨ ਵੀ ਹਿੰਸਾ ਜਾਰੀ ਆ ਇਸ ਵਿੱਚ ਰਾਸ਼ਟਰਪਤੀ ਇਮੈਨੁਅਲ ਮੈਕਾਂ ਦਾ ਬ੍ਰਿਟਿਸ਼ ਸਿੰਗਰ ਐਲਟਨ ਜੌਨ ਦੇ ਕੰਸਰਟ ਦੇ ਵਿੱਚ ਇੰਜੋਏ ਕਰਨ ਦਾ ਵੀਡੀਓ ਜਿਹੜਾ ਸਾਹਮਣੇ ਆਇਆ ਜਿਸ ਤੋਂ ਬਾਅਦ ਉਹਨਾਂ ਦੀ ਅਲੋਚਨਾ ਬਹੁਤ ਹੋ ਰਹੀ ਆ ਲੋਕ ਨਾਰਾਜ਼ ਆ ਸੋਸ਼ਲ ਮੀਡੀਆ ਦੇ ਉੱਤੇ ਯੂਜ਼ਰਸ ਜਿਹੜੇ ਆ ਉਹ ਇਸ ਜਿਹੜਾ ਇਹਨੂੰ ਰਾਸ਼ਟਰਪਤੀ ਦਾ ਗੈਰ ਜ਼ਿੰਮੇਵਾਰਾ ਜ਼ਿੰਮੇਦਾਰਾਨਾ ਜਿਹੜਾ ਰਵਈਆ ਉਹ ਦੱਸ ਰਿਹਾ ਸੀਆਨ ਦੇ ਮਤਾਬਿਕ ਬੁੱਧਵਾਰ ਨੂੰ ਪੈਰਿਸ ਦੇ ਵਿੱਚ ਐਲਟਨ ਦਾ ਇੱਕ ਕੰਸਰਟ ਸੀਗਾ ਮੈਕਰੋ ਉੱਥੇ ਆਪਣੀ ਪਤਨੀ ਦੇ ਨਾਲ ਨਜ਼ਰ ਆਏ ਸੋ ਜਿਹੜੀ ਫਰਾਂਸ ਦੇ ਵਿੱਚ ਹਿੰਸਾ ਫੈਲੀ ਆ ਉਹ ਬੈਲਜੀਅਮ ਤੱਕ ਜਿਹੜੀ ਉਹ ਪਹੁੰਚ ਗਈ ਆ ਬੈਲਜੀਅਮ ਤੋਂ ਵੀ ਖਬਰਾਂ ਆ ਰਹੀਆਂ ਆ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ 2000 ਤੋਂ ਜ਼ਿਆਦਾ ਗੱਡੀਆਂ ਜਲਾ ਦਿੱਤੀਆਂ ਪੁਲਿਸ ਨੇ ਚੌਥੇ ਦਿਨ 1300 ਜਿਹੜੇ ਦੰਗਾ ਕਰਨ ਵਾਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਆ ਤੇ ਰਾਈਟਰਸ ਦੇ ਮਤਾਬਕ ਆ ਜਿਹੜੇ ਹਾਲਾਤ ਕਾਬੂ ਕਰਨ ਦੇ ਲਈ 45000 ਪੁਲਿਸ ਕਰਮੀਆਂ ਦੇ ਨਾਲ ਨਾਲ ਬਖਤਰਬੰਦ ਗੱਡੀਆਂ ਜਿਹੜੀਆਂ ਸੜਕਾਂ ਦੇ ਉੱਤੇ ਤਾਇਨਾਤ ਕੀਤੀਆਂ ਗਈਆਂ ਸੋ ਨਾਹਿਲ ਜਿਹਨਾਂ ਦੀ ਡੈਥ ਹੋਈ ਆ ਉਹਨਾਂ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਕੀਤਾ ਜਾਏਗਾ ਤੋ ਖੋੜਾ 500 ਤੋਂ ਜ਼ਿਆਦਾ ਬਿਲਡਿੰਗਾਂ ਜਿਹੜੀਆਂ ਉਹ ਨੁਕਸਾਨ ਉਹਨਾਂ ਨੂੰ ਹੋ ਚੁੱਕਾ ਆ ਇਸ ਤੋਂ ਬਾਅਦ ਰਾਜਧਾਨੀ ਬ੍ਰੈਸਲਸ ਜਿਹੜੀ ਬੈਲਜੀਅਮ ਦਾ ਰਾਜਧਾਨੀ ਆ ਉੱਥੇ ਵੀ ਜਿਹੜਾ ਹਿੰਸਾ ਪਲਾਨ ਦੇ ਜਿਹੜੇ aarop ਦੇ ਵਿੱਚ 100 ਲੋਕਾਂ ਨੂੰ ਜਿਹੜਾ ਉਹ ਗ੍ਰਫਤਾਰ ਕੀਤਾ ਗਿਆ ਆ ਤੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਨੇ ਐਮਰਜੈਂਸੀ ਦੀ ਜਿਹੜੀ ਉਹ ਸ਼ੰਕਾ ਜਿਹੜੀ ਉਹ ਜਿਹੜੀ ਜਤਾਈ ਆ ਸੋ ਵੀਰੋ ਬਾਕੀ ਖਬਰਾਂ ਚੈੱਕ ਕਰੋ ਐਵੇਂ ਹੀ ਕਈ ਵਾਰੀ ਕੀ ਹੁੰਦਾ ਆ ਕਿ ਵਿਊ ਲੈਣ ਦੇ ਚੱਕਰਾਂ 'ਚ ਕਈ ਵਾਰੀ ਗਲਤ ਵੀਡੀਓ ਵੀ ਜੜੀ ਉਹ ਪਾ ਦਿੰਦੇ ਆ ਲੋਕੀ ਸੋ ਆਪ ਚੈੱਕ ਕਰ ਲਿਆ ਕਰੋ ਈਜ਼ੀ ਆ ਹਿੰਦੀ ਪੰਜਾਬੀ ਇੰਗਲਿਸ਼ ਉਰਦੂ ਹਰੇਕ ਲੈਂਗੁਏਜ ਦੇ ਵਿੱਚ ਖਬਰ ਆ ਰਹੀਆਂ ਸੋ ਆਪ ਹੀ ਚੈੱਕ ਕਰੋ ਹਿੰਟ じゃ ਲੈ ਲਿਆ ਕਰੋ ਸੋਸ਼ਲ ਮੀਡੀਆ ਤੇ ਲੇਕਿਨ ਚੈੱਕ ਆਪ ਕਰਿਆ ਕਰੋ ਤੇ ਬਾਕੀ ਉਮੀਦ ਕਰਦੇ ਆ ਸ਼ਾਂਤੀ ਜੜੀ ਉਹ ਬਹਾਲ ਹੋ ਜਾਏ